ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਾਟੀ ਪਿੰਡ ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਵਾ, ਇੱਕ ਤੋਕੜ ਗੱਭਣ ਚੱਕ ਪਾਸ ਉਹਦੇ ਮਗਰ ਵੱਛੀ ਵੀ ਆ, ਅਤੇ ਇੱਕ ਬੱਚੇ ਤੋਂ ਬਿਨਾਂ ਗਾਂ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਵੇਖ ਗਿਆ ਉਹਦੇ ਨਾਲ ਮਾਲ ਫਿਰ? ਹਾਂਜੀ ਵੇਖ ਗਿਆ ਜੀ। ਠੀਕ, ਚਲੋ ਨਾਮ ਦੱਸ ਦੇ ਕਰੀ। ਨਾਮ ਵੀਰ ਜੀ ਮੇਰਾ ਜਿੰਦਾ ਜੀ। ਹਾਂਜੀ, ਫੋਨ ਨੰਬਰ ਹੈਗਾ 99 41 63 94। ਠੀਕ ਹੈ। ਤੇ ਐਡਰੈਸ ਹੈਗਾ ਵੀ ਜੀ, ਸ਼ਹਿਰ ਵੀ ਅੰਮ੍ਰਿਤਸਰ ਹੈ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਹੈ। ਸ਼ਹਿਰ ਦੇ ਨਾਲ ਹੀ ਆ ਬਿਲਕੁਲ, ਹੈ ਨਾ? 3 ਕਿਲੋਮੀਟਰ ਪੈ ਜਾਂਦਾ ਵੀਰ ਜੀ। ਠੀਕ ਹੈ। ਹਾਂਜੀ, ਤੇ ਫੋਨ ਨੰਬਰ ਬੋਲਦੇ ਇੱਕ? ਫੋਨ ਨੰਬਰ ਵੀ ਜੀ ਮੇਰਾ 99 41 63 94। ਠੀਕ ਹੈ। ਪੁਰਾਣਾ ਤਰਨ ਧਾਰਨ ਵਾਲਾ ਵੀ ਜੀ ਰੋਡ ਹੈ ਨਾ, ਉੱਥੇ ਪਿੰਡ ਪੈਂਦਾ ਆਪਣਾ ਗੁਰਵਾਲ। ਠੀਕ ਹੈ ਜੀ। ਹਾਂਜੀ, ਪਹਿਲਾਂ ਕਿਹੜੀ ਵਿਖਾਈਏ, ਤੋਕੜ ਗੱਭਣ ਕੇ ਦੂਜੀ ਵਿਖਾ ਦਈਏ? ਜਿਹੜੀ ਮਰਜ਼ੀ ਵਿਖਾ ਦਈਏ। ਚਲੋ ਪਹਿਲਾਂ ਫਿਰ ਆਹੀ ਦਿਖਾ ਦਿੰਦੇ ਹਾਂ, ਬੱਚੇ ਤੋਂ ਬਿਨਾਂ ਵਾਲੀ। ਥਾਣੇ ਦੇ ਲਾਗੇ ਤੋਂ ਇੱਕ ਵਾਰੀ ਦੇਖ ਸਕਦੇ, ਚੰਗੇ ਗੈਪ ਤੇ ਥਾਣੇ ਆ। ਕਿੰਨਾ ਵੀ ਤੇਰੇ ਕੋਲ ਦੁੱਧ? ਇਹਦੇ ਕੋਲ ਆਪੀ ਜੀ 12 ਕਿਲੋ ਦੁੱਧ ਜੀ। ਤਿਆਰ? ਬਿਲਕੁਲ ਤਿਆਰ ਤਿਆਰ। ਚਲੋ ਤੋਰੋ। ਇਹ ਸੂਈ ਨੂੰ ਵੀ 1000 ਰੁਪਏ ਜੀ, 15 ਤੋਂ 20 ਦਿਨ ਮਹੀਨੇ ਤੋਂ ਅੰਦਰ ਹੀ ਹੈ। ਅੱਛਾ, ਹਾਂਜੀ ਠੀਕ ਆ। ਤੋਰੋ ਹਾਂ ਫਿਰ ਇੱਕ ਦਿਨ। ਲੈ ਜਾਓ ਜੀ। ਠੀਕ ਹੈ ਜੀ। ਠੰਡੀ ਠੰਡੀ ਧੀਰੀ ਆ, ਬਿਨਾਂ ਰੱਸੀ ਤੋਂ ਬਿਨਾਂ। ਠੀਕ ਹੈ, ਬਾਕੀ ਸਿੰਘੇ ਤੇ ਜ਼ਰੂਰ ਹੈਗੇ ਆ, ਪਰ ਫੋਨ 'ਚ ਵੱਡੇ ਲੱਗਦੇ ਹੁੰਦੇ, ਉਹਦਾ ਦੋ ਦੋ ਪੋਟੇ ਹੀ ਆ। ਠੀਕ ਆ, ਲੈ ਜਾਓ ਫਿਰ। ਇਹ ਆ ਕਿ ਥਣਾਂ ਦਾ ਸਾਈਜ਼ ਗੈਪ ਚੰਗਾ, ਅਤੇ ਬਾਕੀ ਇਹੋ ਜਿਹੀ ਗਾਵਾਂ ਦਾ ਦੁੱਧ ਵੀ ਸੰਘਣਾ ਹੁੰਦਾ ਵਾ। ਬਾਕੀ ਸੂਈ ਸਵਾਈ ਆ, ਚਵਾਈ ਆ, ਇਹਦੀ ਦੋ ਟਾਈਮ ਹੋ ਜਾਣੀ ਆ, ਉਹ ਜਿਹੜੀ ਤੁਸੀਂ ਕਰਕੇ ਖੜਨੀ ਆ। ਤੇ ਕਿੰਨਾ ਰੱਖਣਾ ਵਧੀਆ ਦਾ ਮੁੱਲ ਫਿਰ ਆਪਾਂ? ਚਲੋ ਦਿਖਾ ਦਈਏ ਫਿਰ, ਦਿਖਾ ਦਈਏ ਵਿੱਚ ਚਵਾ ਫਿਰ। ਇਹਦਾ ਰੱਸੀ ਰੁੱਸੀ ਕੋਈ ਨੀ ਪਾਉਣੀ? ਵਿੱਚ ਰੱਸੀ ਨੀ ਪਾਉਣੀ, ਸਮੁੰਦਰ ਹੀ ਆ ਜੀ ਸ਼ਾਹੀ। ਚਵਾਈ ਵੇਖੀ, ਮੋਟਰ ਹੀ ਆ 3 ਦੀਗੇ। ਠੀਕ ਹੈ ਜੀ। ਆ ਦੇ ਸਕਦੇ, ਧਾਰ ਪੂਰੀ ਮੋਟੀ ਆ ਜੀ। ਠੀਕ ਹੈ ਜੀ। ਬਾਕੀ ਆਪਾਂ ਇਹ ਚਵਾ ਹੀ ਦਿਖਾਉਂਦੇ ਹਾਂ, ਕੋਈ ਮਿਲਕਿੰਗ ਨਹੀਂ ਕਰਵਾਉਂਦੇ। ਸ਼ਾਮ ਦਾ ਟਾਈਮ ਆ, ਜਿਹੜਾ ਚੋਣ ਦਾ ਟਾਈਮ ਹੋਇਆ ਸੀ, ਇਹਦੇ ਵਿੱਚ ਨਹੀਂ ਕਹਿੰਦੇ ਕਿ ਚਲੋ ਚੋ ਹੀ ਲੈਂਦੇ ਹਾਂ। ਚਵਾਈ ਤੁਸੀਂ ਆਪਣੀ ਦੋ ਟਾਈਮ ਆਪ ਕਰਕੇ ਖੜਨੀ ਆ। ਪਿਛਲੇ ਸਮੇਂ ਦਾ ਵੀ ਚਵਾ ਦਿਖਾ ਦਈਏ ਵੀਰ ਜੀ। ਬਾਕੀ ਕੋਈ ਰੱਸੀ ਨਹੀਂ ਪਾਈ, ਕੋਈ ਚਵਾਈ ਬੜੀ ਲੱਗੀ। ਠੀਕ ਹੈ, ਚਵਾਈ ਵਾਲੀਆਂ ਕਾਨੂੰ ਗੱਲਾਂ। ਕਿਹੜੀ ਚਵਾਈ ਆ,
ਹਰਪੀ ਜੀ ਡੇਢ ਦੋ ਮਿੰਟਾਂ 'ਚ ਵੈਸੇ ਵਾਲੇ ਨਿਕਲ ਜਾਂਦੇ ਬੱਚੇ, ਠੀਕ ਹੈ ਦੋ ਹਾਂ ਦੇਖ ਸਕਦੇ ਜੀ। ਜੱਗ ਬਣੀ ਹੋਏ ਬਾਕੀ ਆਪਾਂ ਚੁਆਈ ਦਿਖਾਇਆ ਤੁਹਾਨੂੰ, ਕੋਈ ਮਿਲਕਿੰਗ ਦਾ ਮਕਸਦ ਨਹੀਂ ਆ, ਬਸ ਇਹ ਆ ਕਿ ਚੋਣ ਵਾਲੀ ਸੀ ਅਤੇ ਵੀਡੀਓ ਨਹੀਂ ਕਹਿੰਦੇ, ਸ਼ਾਮ ਦਾ ਟਾਈਮ ਹੋਇਆ ਵਾ ਅਤੇ ਚੁਆਈ ਜਿਹੜੀ ਇਹਦੀ ਕਰ ਦਿੰਦੀ ਹਾਂ। ਦੱਸੀਏ ਵਿੱਚ ਫਿਰ ਮੁੱਲੇ ਦਾ ਆਪਾਂ ਚੋਈ ਗਏ ਵਿੱਚ ਫਿਰ, ਠੀਕ ਹੈ ਜੀ। ਕਿੰਨਾ ਮੁੱਲ ਰੱਖ ਦਈਏ ਫਿਰ ਆਪਾਂ? ਪੰਜੀ ਹਜ਼ਾਰ ਦੀ ਵਿੱਚੋਂ ਕਰਨਾ ਮਨ ਤਾਂ, ਠੀਕ ਹੈ। ਬਾਕੀ ਕੋਈ ਫੋਨ ਲਾਵੇ? ਹਾਂਜੀ, ਮੇਰਾ ਵੀਰ ਉਹ ਫੋਨ ਲਾਵੇ ਜਿਹਨੇ ਲੈਣੀ ਹੈ ਹਰਪੀ ਜੀ, ਦੂਜਾ ਬੰਦਾ ਸਿਰਕ ਪਾਈ ਵਾਲਾ ਨਾ ਲਾਵੇ। ਅੱਛਾ ਹਾਂਜੀ, ਚਲੋ ਫੋਨ ਤੇ ਸਾਰਿਆਂ ਨੇ ਵੇਖੋ ਲਾਉਣੇ ਹਨ, ਕਿਸੇ ਦਾ ਸੌਦਾ ਰਲਦਾ ਹੈ ਕਿਸੇ ਦਾ ਨਹੀਂ ਰਲਣਾ। ਮੈਂ ਸਮਝਦਾ ਹਰਪੀ ਜੀ ਤੁਹਾਨੂੰ ਚੀਜ਼ ਦਾ ਮੁੱਲ ਪੈਣਾ 12 ਕਿਲੋ ਵਾਲੀ ਗਾਂ ਵਾ, ਜਿੰਨੇ ਦੀ ਆਪਾਂ ਮੁੱਲ ਜ਼ਿਆਦਾ ਨਹੀਂ ਮੰਗਿਆ, ਠੀਕ ਹੈ। ਹਾਂਜੀ, ਬਾਕੀ ਇਹ ਹੈ ਕਿ ਚਲੋ ਚਵਾਈ ਕਰਕੇ ਖੜੇ ਤੁਹਾਡੇ ਘਰੋਂ ਕੋਈ ਦੋ ਟਾਈਮ, ਸਾਡੀ ਗੱਲ ਤੇ ਜ਼ਰੂਰ ਗੌਰ ਕਰਿਆ ਕਰੋ, ਅਸੀਂ ਵਾਰ ਵਾਰ ਇਹੀ ਕਹਿੰਦੇ ਕਿ ਚਵਾਈ ਕਰਕੇ ਖੜਿਆ ਕਰੋ। ਤੇ ਹੁਣ ਜਿਹੜੇ ਵੀਰ ਜੀ ਆ ਦੂਸਰੇ ਨੰਬਰ ਤੇ ਆ, ਇਹ ਹਰਪੀ ਜੀ 5 ਮਹੀਨਿਆਂ ਦੀ ਗੱਭਲ ਦੇ ਚੱਕ ਪਾਸ, ਚੱਕ ਪਾਸ ਆਪਾਂ ਕਰਾਤੀ ਅੱਜ ਤੇ ਮਗਰ ਵੱਛੀ, ਮਗਰ ਵੱਛੀ ਓਡੀ ਗਾਂ ਓਡੀ ਵੱਛੀ, ਹਾਂਜੀ ਠੀਕ ਆ। ਤੇ ਦੁੱਧ ਦਿੰਦੀ ਜੀ ਇਹ ਹਰਪੀ? ਦੁੱਧ 5-6 ਕਿਲੋ ਹੈਗਾ ਇਹਦੇ। ਅੱਛਾ, ਤੇ ਬੱਚੇ ਇਸੇ ਦੇ ਮਿਲਦੀ ਹੈ? ਵੱਛੀ ਤੇ ਮਿਲਦੀ ਹੈ, ਠੀਕ ਆ। ਚਲੋ ਥੱਲੇ ਨਹੀਂ ਛੱਡਣੀ ਪੈਂਦੀ, ਲਾਗੇ ਬੰਨ ਕੇ ਤੇ ਠੀਕ ਆ, ਪਾੜਾ ਪਾ ਕੇ ਤੇ ਬਹਿ ਜਾਈਦਾ। ਚਲੋ ਤੋਲੋ ਇੱਕ ਦਿਨ ਨੂੰ, ਇਹ 5 ਮਹੀਨਿਆਂ ਦੀ ਚੈੱਕ ਪਾਸ ਦੱਸਦੇ ਆ ਤੇ 4-5 ਕਿਲੋ ਦੁੱਧ ਆ ਇਹਦੇ ਕੋਲ, ਮਗਰ ਇਹਦੇ ਵੱਛੀ ਆ। ਉਸ ਤਰ੍ਹਾਂ ਜਿਹੜਾ ਬੋਡੀ ਵੇਟ ਇਹਦਾ ਠੀਕ ਆ, ਰਾਜੀ ਰੂਜੀ ਆ, ਜਿਹੜੀ ਸਾਂਭੀ ਸੁੰਭੀ ਚੰਗੀ ਆ, ਪਿੱਛੋਂ ਜਿੱਥੋਂ ਵੀ ਆਈ ਲੈ ਆ ਵੀਰ ਜੀ।
ਤੇ ਕਿੰਨਾ ਰੱਖ ਰਹੀ ਹੈ ਵਧੀਆ ਦਾ ਮੁੱਲ? ਇਹ ਵੀ 5000 ਦੀ, ਬਾਕੀ ਵਿੱਚ ਛੋਟ ਛਾਟ ਹੋ ਜੂਗੀ, ਠੀਕ ਹੈ ਜੀ। ਤੇ ਠੀਕ ਹੈ ਵਧੀਆ, ਕੁਛ ਕਹਿਣਾ? ਬਸ ਵੀ ਜੀ ਆ ਗੱਬਣ ਟੋਕੜਾ ਆਪਣੇ ਕੋਈ ਤਸੱਲੀ ਕਰਕੇ ਵੇਸ ਚ ਆਖ ਕੇ ਆਪਣੀ ਸਮੇਂ ਤੇ ਆਪਣੀ ਮਰਜ਼ੀ ਨਾਲ ਲੈ ਜਾਏ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।